देखो असं अपना अंदोलन लड़ रहे हैं ना असी थके ना असी अके हाँ साल तो उपर हो गया पंजाब नूं तां घट्टो घट्ट तो 25 तरीक नूं असी बंद रखिया सी सितंबर नूं ऐतकी 27 सितंबर दा रख रहे हैं दो दिन बाद उस तों साल तो भी पूरा हो गया तो उहो जिहा जोश उहो जिहा होश सानूं इस जगह दिख रहा ग्यारह मीटिंगां जो फेल हो चुके ने जे वो साडे नाल टेबल टॉक ते नहीं आउंदे तां इहदा मतलब तां साफ ही है भी सरकार उस ते हार चुकी आ ते अपनी हार सिर्फ राजहट खातर नहीं करदी मोहाली किसान महापंचायत दे विच हरमीत सिंह कादिया पहुंचे ने कादिया साहब थां थां ते किसान पंचायतां हो रही किवें देखदे हो अज वाली देखो जिहड़ी अज वाली है इह वखरी आ क्योंकि मोहाली नेड़े चंडीगढ़ दे आ ਅਤੇ ਇਹ ਕੈਪੀਟਲ ਆ ਦੋ ਸਟੇਟਸ ਦੀ ਹਰਿਆਣਾ ਪੰਜਾਬ ਦੀ ਅਤੇ ਇੱਥੇ ਕਾਫੀ ਦੇਰ ਲੰਬੇ ਸਮੇਂ ਤੋਂ ਜਦੋਂ ਤੋਂ ਐਸ ਕੇ ਐਮ ਦਾ ਕੋਈ ਵੀ ਕਾਲ ਆਈ ਆ ਇੱਥੇ ਚੌਂਕਾਂ 'ਚ ਖੜ੍ਹਨ ਵਾਲੇ ਸਾਡਾ ਹਮੇਸ਼ਾ ਸਹਿਯੋਗ ਕਰਦੇ ਰਹੇ ਆ ਸਾਡੀ ਆਵਾਜ਼ ਉਠਾਉਂਦੇ ਰਹੇ ਆ ਤਾਂ ਅੱਜ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਕੱਠਾ ਕਰਕੇ ਇੱਕ ਸੰਗਠਨ ਰੂਪ ਦੇ ਵਿੱਚ ਇੱਥੇ ਅੱਜ ਇਕੱਠੇ ਹੋਏ ਆ ਅਤੇ ਇਹ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਆਵਾਜ਼ ਉਠਾਉਣਗੇ ਵੀ ਜਿਹੜੀ 3 ਕਾਨੂੰਨ ਨੇ ਉਹ ਜਲਦੀ ਜਲਦੀ ਮਾਫ਼ ਕੀਤੇ ਜਾਣ ਕੇਂਦਰ ਨਾਲ ਜਿਹੜੀ ਗੱਲਬਾਤ ਆ ਲਗਭਗ ਹਜੇ ਖਤਮ ਹੀ ਆ ਕੋਈ ਚੰਨੀ ਚੱਲ ਰਹੀ ਉਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਕੋਈ ਗੱਲਬਾਤ ਕੇਂਦਰ ਨਾਲ ਹੋਊਗੀ ਜਾਂ ਸਾਰਥਕ ਨਤੀਜੇ ਨਿਕਲਣਗੇ ਕੀ ਦੇਖੋ ਅਸੀਂ ਆਪਣਾ ਅੰਦੋਲਨ ਲੜ ਰਹੇ ਹਾਂ ਨਾ ਅਸੀਂ ਥੱਕੇ ਹਾਂ ਨਾ ਅਸੀਂ ਅੱਕੇ ਹਾਂ ਸਾਲ ਤੋਂ ਉੱਪਰ ਹੋ ਗਿਆ ਪੰਜਾਬ ਨੂੰ ਤਾਂ ਘੱਟੋ ਘੱਟ ਅਤੇ 25 ਤਰੀਕ ਨੂੰ ਅਸੀਂ ਬੰਦ ਰੱਖਿਆ ਸੀ ਸਪਟੰਬਰ ਨੂੰ ਐਤਕੀ 27 ਸਪਟੰਬਰ ਦਾ ਰੱਖ ਰਹੇ ਹਾਂ ਦੋ ਦਿਨ ਬਾਅਦ ਉਸ ਤੋਂ ਸਾਲ ਤੋਂ ਵੀ ਪੂਰਾ ਹੋ ਕੇ ਅਤੇ ਉਹੋ ਜਿਹਾ ਜੋਸ਼ ਉਹੋ ਜਿਹਾ ਹੋਸ਼ ਸਾਨੂੰ ਇਸ ਜਗ੍ਹਾ ਦਿਖ ਰਿਹਾ ਜਿਵੇਂ ਤਾਂ ਅਸੀਂ ਇੱਕ ਸਾਲ ਪਹਿਲਾਂ ਸੀ ਉੱਦਾਂ ਦਾ ਹੀ ਅੱਜ ਆ ਜਿਹੜੇ 3 ਕਾਨੂੰਨ ਨੇ ਇਹ ਪੋਲੀਟੀਕਲੀ ਕੋਈ ਇਹ ਇਕੱਠ ਨਹੀਂ ਹੋਇਆ ਹੋਇਆ ਇਹ ਸਾਡੀਆਂ ਅਗਲੀਆਂ ਜਨਰੇਸ਼ਨਾਂ ਸੋਸ਼ਲ ਸਿਸਟਮ ਨੂੰ ਖਰਾਬ ਕਰਦੀਆਂ ਨੇ 3 ਕਾਨੂੰਨ 'ਤੇ ਬਹਿਸ ਹੋ ਚੁੱਕੀ ਹੈ 11 ਮੀਟਿੰਗਾਂ 'ਚੋਂ ਫੇਲ ਹੋ ਚੁੱਕੇ ਨੇ ਜੇ ਉਹ ਸਾਡੇ ਨਾਲ ਟੇਬਲ ਟੌਕ 'ਤੇ ਨਹੀਂ ਆਉਂਦੇ ਤਾਂ ਇਹਦਾ ਮਤਲਬ ਤਾਂ ਸਾਫ ਹੀ ਹੈ ਵੀ ਸਰਕਾਰ ਉਸ 'ਤੇ ਹਾਰ ਚੁੱਕੀ ਆ ਅਤੇ ਆਪਣੀ ਹਾਰ ਸਿਰਫ ਰਾਜਹੱਟ ਖਾਤਰ ਨਹੀਂ ਖੜ ਰਹੀ ਪਿਛਲੇ ਦਿਨੋਂ ਦੇਖਦੇ ਹਾਂ ਪੰਜਾਬ ਦੀ ਰਾਜਨੀਤੀ 'ਚ ਵੱਡੀ ਉਤਲ ਫੁਤਲ ਹੋਈ ਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਉਹ ਸਿਆਸੀ ਗੱਲ ਆ ਉਹਨਾਂ ਦੀ ਆਪਦੀ ਪਾਰਟੀ ਇੰਟਰਨਲ ਗੱਲ ਆ ਅਸੀਂ ਉਹਨਾਂ ਦੇ ਕਿਉਂ ਬੋਲੇ ਸਾਨੂੰ ਤਾਂ ਆਪਦੇ ਜਿਹੜੇ 3 ਕਾਨੂੰਨ ਆ ਉਹਨਾਂ ਤੋਂ ਅਵੇਅਰ ਨਹੀਂ ਮਿਲ ਰਹੀ ਜਦ ਤੱਕ ਸਾਡੀ ਕੋਈ ਆਵਾਜ਼ ਨਹੀਂ ਉਠਾਉਂਦਾ ਜਦ ਤੱਕ ਅਸੀਂ ਇਹਨੂੰ ਸਾਰਾ ਸਮਰਥ ਸਮਰਦੇ ਹਾਂ ਇਹ ਸਮਝਦੇ ਜ਼ਰੂਰ ਹਾਂ ਵੀ 10 ਤਰੀਕ ਨੂੰ ਜਿਹੜੀ ਸਾਡੀ ਐਸ ਕੇ ਐਮ ਉੱਥੇ ਬੈਠੀ ਸੀ ਆਗੇ ਬੱਤੀ ਜਥੇਬੰਦੀਆਂ ਅਤੇ ਉਹਨਾਂ ਨੇ ਪਹਿਲੀ ਵਾਰ ਪੋਲੀਟੀਕਲੀ ਸਾਲ ਤੋਂ ਬਾਅਦ ਪਹਿਲੀ ਵਾਰ ਪੋਲੀਟੀਕਲ ਵਾਲੇ ਬੰਦੇ ਨਾਲ ਮੀਟਿੰਗ ਕੀਤੀ ਆ ਅਤੇ ਉਹ ਵੀ ਇਹੀ ਕੀਤੀ ਸੀ ਵੀ ਤੁਸੀਂ ਨਾ ਹਾਲੇ ਰੈਲੀਆਂ ਕਰੋ ਕਿਉਂਕਿ ਸਾਡੇ ਯੂਥ ਦੇ ਵਿੱਚ ਜ਼ਿਆਦਾ ਰੋਸ ਆ ਜੇ ਤੁਸੀਂ ਜਾਣੇ ਹੋ ਕਾਫੀ ਜਗ੍ਹਾ ਹਾਲਾਤ ਖਰਾਬ ਹੋਏ ਸੀ ਮੋਗੇ ਤਾਂ ਲਾਠੀਚਾਰ ਤੱਕ ਪਹੁੰਚ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਕਰਕੇ ਇਹ ਕਿਹਾ ਵੀ ਇਹ ਘੱਟੋ ਘੱਟ ਸਿਆਸੀ ਰੈਲੀਆਂ ਹਾਲੇ ਬੰਦ ਕਰ ਦਿਓ ਚੋਣਾਂ ਦਾ ਹਾਲੇ ਬਹੁਤ ਦੂਰ ਨੇ ਮਿਹਰਬਾਨੀ ਬਹੁਤ ਬਹੁਤ ਸੋ ਇਹ ਸਨ ਸਾਡੇ ਨਾਲ ਹਰਮੀਤ ਸਿੰਘ ਕਾਦੀਆਂ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਕੇਂਦਰ ਦੇ ਨਾਲ ਇਹਨਾਂ ਖੇਤੀ ਕਾਨੂੰਨ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਪੰਜਾਬ ਦੀ ਰਾਜਨੀਤੀ ਬਾਰੇ ਉਹਨਾਂ ਦਾ ਕਹਿਣਾ ਕਿ ਫਿਲਹਾਲ ਇਹ ਜਿਹੜਾ ਮੁੱਦਾ ਰਾਜਨੀਤਿਕ ਮੁੱਦਾ ਹੈ ਅਤੇ ਹੋਰ ਕਿਸਾਨੀ ਮਹਾਪੰਚਾਇਤ ਦੀ ਅਪਡੇਟ ਲਈ ਜੁੜੇ ਰਹੋ ਸਾਂਝਾ ਟੀਵੀ ਦੇ ਨਾਲ ਮੋਹਾਲੀ ਤੋਂ ਕੈਮਰਾਮੈਨ ਕਾਸ਼ਿਸ਼ ਨਾਲ ਰਿਸ਼ੀ ਸਿੰਘ ਰਾਹੀ ਧੰਨਵਾਦ